ਤੁਸੀਂ ਦਾਲਾਂ ਦੀ MSP ਦਿਓ 94% ਪੰਜਾਬ ਆਪਣੀ ਦਾਲ ਬਾਹਰੋਂ ਲੈਂਦਾ ਸਾਰੀ ਦਾਲ ਤੇ MSP ਦਿਓ ਜੇ ਉਹ 32 ਲੱਖ ਕਿੱਲੇ 'ਚ ਦਾਲ ਬੀਜੀ ਜਾਊਗੀ ਜਿਹੜੀ ਦਾਲ ਨੂੰ ਇੱਕ ਪਾਣੀ ਦੀ ਜ਼ਰੂਰਤ ਆ ਕਿਸਾਨ ਕਮਲਾ ਵੀ ਦਿੰਦਾ ਤੁਸੀਂ ਮੋਟਰਾਂ ਛੱਡੀ ਰੱਖੂਗਾ ਸਾਨੂੰ ਫਸਲ ਤੁਸੀਂ ਉਹ ਦਿੱਤੀ ਆ ਜਿਹੜੀ 4 ਮਹੀਨੇ ਲਗਾਤਾਰ ਪਾਣੀ ਭਾਲਦੀ ਆ ਉਹਦੇ 'ਚ ਸਾਡਾ ਕੀ ਕਸੂਰ ਆ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਕਿ ਜਿਹੜੀ ਖੇਤੀ ਆ ਉਹ ਸਟੇਟ ਸਬਜੈਕਟ ਹੈ ਰਾਜਾਂ ਦਾ ਅਧਿਕਾਰ ਆ ਪਿਛਲੇ ਸਾਲ ਖੇਤੀਬਾੜੀ ਯੂਨੀਵਰਸਿਟੀ 'ਚ ਬੋਲਦਾ ਭਗਵੰਤ ਮਾਨ ਨੇ ਕਿਹਾ ਸੀ ਕਿ ਬਾਸਮਤੀ ਖਰੀਦਾਂਗੇ ਨਾਲੇ ਕਹਿੰਦੇ ਮੈਂ ਕਿਸਾਨ ਦਾ ਪੁੱਤ ਹਾਂ ਜਿੱਦਣ ਕਿਹਾ ਸੀ ਬਾਸਮਤੀ ਖਰੀਦਾਂਗੇ ਅਤੇ ਉਹ ਤੋਂ ਬਾਅਦ ਨਹੀਂ ਖਰੀਦੀ ਇਹ ਦੱਸਣ ਵੀ ਪਹਿਲਾਂ ਕਹਿੰਦੇ ਪੁੱਤ ਸੀ ਅਤੇ ਬਾਅਦ 'ਚ ਕਹਿੰਦੇ ਪੁੱਤ ਬਣ ਗਏ ਤੁਸੀਂ ਸਾਨੂੰ ਖੇਤੀ ਮਾਡਲ ਉਹ ਦੇਵੇ ਨਾ ਭਗਵੰਤ ਮਾਨ ਸਰਕਾਰ ਜਿਹਦੇ ਨਾਲ ਪਾਣੀ ਦੀ ਖਪਤ ਨਾ ਹੋਵੇ ਨਾ ਮੋਟਰਾਂ ਚੱਲਣ ਨਾ ਉੱਥੇ ਬਿਜਲੀ ਜਿਹੜੀ ਹੈਗੀ ਆ ਮੱਚੇ ਉਹਦੇ ਫਸਲ ਸਾਨੂੰ ਉਹਦੇ 'ਤੇ ਜਿਹੜੀ ਪਾਣੀ ਨਾਲ ਹੋਣੀ ਆ ਫਿਰ ਸਾਨੂੰ ਜਿਹੜਾ ਦੋਸ਼ੀ ਠਹਿਰਾਇਆ ਜਾ ਰਿਹਾ ਹੈਗਾ ਅਤੇ ਪਰਾਲੀ 'ਤੇ ਕਿੱਧਰ ਗਿਆ ਗ੍ਰੀਨ ਟ੍ਰਿਬਿਊਨਲ ਪਹਿਲੀਆਂ ਸਰਕਾਰਾਂ 'ਤੇ ਤੰਜ ਕੱਸਦੇ ਸੀ ਭਗਵੰਤ ਮਾਨ ਕਿ ਗ੍ਰੀਨ ਟ੍ਰਿਬਿਊਨਲ ਕਹਿੰਦਾ ਕਿ ਛੋਟੇ ਕਿਸਾਨਾਂ ਨੂੰ ਸਹਾਇਤਾ ਦਿਓ ਮਸ਼ੀਨਰੀ ਦਿਓ ਪਰਾਲੀ ਚੱਕੋ ਕਿਸਾਨ ਦੋਸ਼ੀ ਨਹੀਂ ਹੁਣ ਜਿਹੜਾ ਹੈਗਾ 30,000 ਦੇ ਨੇੜੇ ਪਰਚਾ ਠੋਕਤਾ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਪਾਣੀਆਂ 'ਤੇ ਕਿਰਤੀ ਕਿਸਾਨੀ ਨੂੰ ਮੁਜ਼ਾਹਰਾ ਕਰਕੇ ਗਏ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਨਹੀਂ ਮਿਲੇ ਕਿਉਂ ਨਹੀਂ ਮਿਲੇ ਬਈ ਕਿਉਂਕਿ ਪੰਜਾਬ ਦਾ ਪਾਣੀ ਗੰਗਾਨਗਰ ਜਾ ਕੇ ਨਾ ਤੁਹਾਨੂੰ ਵਾਧੂ ਪਾਣੀ ਦਿੰਦੇ ਹਾਂ ਡੈਮ ਸੇਫਟੀ ਐਕਟ ਆਇਆ ਕਿ ਜਿੰਨੇ ਡੈਮ ਸਟੇਟ ਸਬਜੈਕਟ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਪੰਜਾਬ ਦੀ ਮੈਂਬਰਸ਼ਿਪ ਕੱਢ ਦਿੱਤੀ ਗਈ ਇੱਕ ਮੀਟਿੰਗ ਸਾਡੇ ਨਾਲ ਕੀਤੀ ਉਹ ਵੀ ਸੰਯੁਕਤ ਕਿਸਾਨ ਮੋਰਚੇ ਨਾਲ ਕਹਿੰਦੇ ਮੈਨੂੰ ਤਾਂ ਡੈਮ ਸੇਫਟੀ ਐਕਟ ਦਾ ਪਤਾ ਹੀ ਨਹੀਂ ਗਾ ਠੀਕ ਆ ਪੜ੍ਹ ਲਓ 2 ਸਾਲ ਹੋ ਗਏ ਅਸੈਂਬਲੀ 'ਚ ਕੋਈ ਮਤਾ ਹੀ ਪਾ ਦਿਓ ਪੰਜਾਬ ਦੇ ਪਾਣੀਆਂ ਦੀ ਰਿਐਲਿਟੀ ਵੀ ਮੰਗ ਲਓ ਦੂਜੇ ਸੂਬੇ ਤੋਂ ਤਾਂ ਮਤਾ ਪਿਆ ਹੋਇਆ ਹੈਗਾ ਇਹ ਕਹਿੰਦੇ ਨਾ ਧਰਨੇ ਲਈ ਬੰਦਾ ਨਹੀਂ ਲੱਭਣਾ ਗਾ ਦੋ ਕੰਮ ਕਰ ਦੇਣ ਸਾਰੀਆਂ ਫਸਲਾਂ 'ਤੇ MSP ਦੇ ਦੇਣ ਕਿਸਾਨਾਂ ਦੇ ਕਰਜ਼ੇ 'ਤੇ ਲੀਕ ਮਾਰ ਦੇਣ ਨਹੀਂ ਲੱਭੂਗਾ ਧਰਨੇ 'ਤੇ ਬੰਦਾ ਲਾਉਣ ਲਈ ਕਿਉਂ ਕਿਉਂ ਲੋਕ ਧਰਨੇ ਲਾਉਣਗੇ ਤਾਂ ਚੰਡੀਗੜ੍ਹ ਦੇ ਵਿੱਚ ਲੱਗੇ ਧਰਨੇ ਦੇ ਵਿੱਚ ਮੇਰੇ ਨਾਲ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਬਾਈ ਜੀ ਸਵਾਗਤ ਆਖਰ ਤੁਹਾਡਾ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਅੱਛਾ 2 ਸਾਲ ਪਹਿਲਾਂ ਅੰਦੋਲਨ ਜਿੱਤ ਕੇ ਮੁੜ ਆਏ ਸੀ ਪਰ ਕੁਛ ਮੰਗਾਂ ਅਧੂਰੀਆਂ ਸੀ ਤਾਂ 2 ਸਾਲ ਬਾਅਦ ਫਿਰ ਅੱਜ ਵੀ ਕਿਸਾਨ ਸੜਕਾਂ ਤੇ ਜਿੰਨਾ ਸਮਾਂ ਕਿਸਾਨੀ ਦੀ ਮੁਕਤੀ ਨਹੀਂ ਹੋ ਜਾਂਦੀ ਕਰਜ਼ੇ ਤੋਂ ਤੰਗੀਆਂ ਤੁਰਸ਼ੀਆਂ ਤੋਂ ਕਿਸਾਨ ਅੰਦੋਲਨ ਵੱਖ ਵੱਖ ਸਮੇਂ ਤੱਕ ਹੁੰਦੇ ਰਹਿਣਗੇ ਉੱਭਰਦੇ ਰਹਿਣਗੇ ਜਿੱਤਦੇ ਰਹਿਣਗੇ ਅਤੇ ਸਰਕਾਰਾਂ ਨਾਲ ਟਕਰਾਉਂਦੇ ਰਹਿਣਗੇ ਔਰ ਉਸੇ ਤਹਿਤ ਹੀ ਅੱਜ ਅਸੀਂ 26 ਨਵੰਬਰ ਕਿਉਂਕਿ ਕਿਸਾਨ ਅੰਦੋਲਨ ਦੇ ਇਤਿਹਾਸ ਦਾ ਸੁਨਹਿਰੀ ਦੇਣਾ ਜਿੱਦਣ ਅਸੀਂ ਇਸ ਮੁਲਕ ਦੀ ਭੂਤਰੀ ਹੋਈ ਕੇਂਦਰ ਸਰਕਾਰ ਨੂੰ ਘੇਰਿਆ ਸੀ 13 ਮਹੀਨੇ ਘੇਰ ਕੇ ਥੁੱਕਿਆ ਚੱਟਣ ਵਾਸਤੇ ਮਜਬੂਰ ਕੀਤਾ ਸੀ ਪਰ ਉਦੋਂ 3 ਖੇਤੀ ਕਾਨੂੰਨ ਰੱਦ ਕਰਵਾਏ ਪਰ ਜਿਹੜੀਆਂ ਮੰਗਾਂ ਅੰਦੋਲਨ ਦੌਰਾਨ ਜੁੜੀਆਂ ਜਿਵੇਂ MSP ਦਾ ਮਸਲਾ ਸੀ ਕਰਜ਼ੇ ਦਾ ਮਸਲਾ ਸੀ ਉਹਦੇ 'ਤੇ ਅਸੀਂ ਮੁਲਕ ਪੱਧਰੀ ਮੂਵਮੈਂਟ ਨੂੰ ਛੇੜਨ ਵਾਸਤੇ ਉਦੋਂ ਮੋਰਚੇ ਨੂੰ ਸਸਪੈਂਡ ਕੀਤਾ ਕਿ ਆਪੋ ਆਪਣੇ ਸੂਬਿਆਂ ਦੀਆਂ 'ਚ ਮੂਵਮੈਂਟ ਖੜੀ ਕਰੋ ਰਾਜਧਾਨੀਆਂ ਘੇਰੋ ਜਦੋਂ ਰਾਜਧਾਨੀਆਂ 'ਚ ਅੰਦੋਲਨ ਬਣਿਆ ਸੂਬਿਆਂ ਦੀਆਂ 'ਚ ਫਿਰ ਮੁਲਕ ਦੀ ਰਾਜਧਾਨੀ ਵੱਲ ਜਿਹੜਾ ਹੈਗਾ ਕੇਂਦਰਿਤ ਕਰਾਂਗੇ ਇਹਨਾਂ 9 ਸਾਲਾਂ ਦੇ ਵਿੱਚ ਮੋਦੀ ਸਰਕਾਰ ਦੀਆਂ 'ਚ ਇਹਨਾਂ ਨੇ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਨੀਤੀ ਨੂੰ ਨਿੱਠ ਕੇ ਅਪਣਾਇਆ ਪੰਜਾਬ ਦੇ ਵਿੱਚ 125,000 ਕਰੋੜ ਰੁਪਇਆ ਕਿਸਾਨਾਂ ਸਿਰ ਕਰਜ਼ਾ ਆੜ੍ਹਤੀਆਂ ਦਾ ਬੈਂਕਾਂ ਦਾ ਸੁਸਾਇਟੀਆਂ ਦਾ 125,000 ਕਰੋੜ ਪਰ ਮੋਦੀ ਸਰਕਾਰ ਨੇ 9 ਸਾਲਾਂ 'ਚ 13.86 ਲੱਖ ਕਰੋੜ ਰੁਪਇਆ ਜਿੰਨਾ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਉਦੋਂ 10 ਗੁਣਾ ਵੱਧ ਕਰਜ਼ਾ ਕਾਰਪੋਰੇਟ ਘਰਾਣਿਆਂ ਦੇ ਜਿਹੜਾ ਸੀ ਮਾਫ਼ ਕੀਤਾ ਵਿਜੇ ਮਾਲੀਆ ਅਰਗੇ ਨੀਰਵ ਮੋਦੀ ਅਰਗੇ ਇੱਥੋਂ ਦੜਾਏ ਜਿਹੜੇ ਸੀ 1,000 ਕਰੋੜ ਰੁਪਇਆ ਲੈ ਕੇ ਗਏ ਤਾਂ ਸਾਡਾ ਸਵਾਲ ਆ ਅੱਜ ਜਦੋਂ ਪਾਕਿਸਤਾਨ 'ਚ ਭੁੱਖਮਰੀ ਹੈ ਸਾਡੇ ਸਾਹਮਣੇ ਆ ਸ਼੍ਰੀਲੰਕਾ 'ਚ ਭੁੱਖਮਰੀ ਦੇ ਹਾਲਾਤ ਆ ਯੂਰਪ 'ਚ ਰਜਵੀਂ ਰੋਟੀ ਨਹੀਂ ਮਿਲ ਰਹੀ ਦੁਨੀਆ ਦੇ ਵਿੱਚ ਅਨਾਜ ਦਾ ਸੰਕਟ ਆ ਇੱਥੇ ਕੋਈ ਅਨਾਜ ਦਾ ਸੰਕਟ ਨਹੀਂ ਤਾਂ ਉਹਦਾ ਕਾਰਨ ਕਾਰਪੋਰੇਟ ਨਹੀਂ ਉਹਦਾ ਕਾਰਨ ਕਿਸਾਨ ਆ ਤੇ ਜੇ ਕਿਸਾਨ ਦਾ ਫਿਰ ਕਰਜ਼ਾ ਕਿਉਂ ਨਹੀਂ ਮਾਫ਼ ਹੋ ਰਿਹਾ ਕਾਰਪੋਰੇਟ ਘਰਾਣੇ ਦਾ ਕਿਉਂ ਮਾਫ਼ ਹੋ ਰਿਹਾ ਇਹਦਾ ਮਤਲਬ ਕਿ ਸਰਕਾਰਾਂ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਚਾਕਰੀ ਕਰਦੀਆਂ ਉਹਨਾਂ ਦੇ ਮੁਤਾਬਕ ਕੰਮ ਕਰਦੀਆਂ ਨੇ ਦੂਸਰੀ ਗੱਲ MSP ਦੇ ਉੱਪਰ ਕਾਨੂੰਨ ਬਣਾਉਣ ਦੀ ਗੱਲ ਹੋਈ ਇਹ ਕਹਿੰਦੇ ਆ ਕਿ 18 ਲੱਖ ਕਰੋੜ ਰੁਪਇਆ ਨਰਿੰਦਰ ਤੋਮਰ ਉਦੋਂ ਕਹਿੰਦੇ ਨੇ ਕਿ ਸਾਰੇ ਕਿਸਾਨਾਂ ਦੀ ਜਿਹੜੀ ਜਿਣਸ ਜੇ ਖਰੀਦਣੀ ਆ ਤਾਂ ਲੱਗੂਗਾ ਜਦਕਿ ਸਾਡੇ ਮਾਹਰੇ ਮੰਨਦੇ ਕਿ 5 ਤੋਂ 7 ਲੱਖ ਕਰੋੜ ਰੁਪਏ ਦਾ ਮਾਮਲਾ ਸਾਡਾ ਸਵਾਲ ਆ ਕਿ 22 ਲੱਖ ਮੀਟ੍ਰਿਕ ਟਨ ਜਿਹੜਾ ਖੁਰਾਕੀ ਤੇਲ ਯੂਕਰੇਨ ਤੋਂ ਹਰ ਸਾਲ ਮੰਗਾਇਆ ਜਾਂਦਾ ਹੈਗਾ
ਸਾਡਾ ਸੂਰਜਮੁਖੀ ਕਿਉਂ ਨਹੀਂ ਖਰੀਦਿਆ ਜਾਂਦਾ MSP ਤੇ, ਸਾਡੀ ਸਰੋਂ ਕਿਉਂ ਨਹੀਂ ਖਰੀਦੀ ਜਾਂਦੀ, ਸਾਡੀ ਮੂੰਗਫਲੀ ਕਿਉਂ ਨਹੀਂ ਖਰੀਦੀ ਜਾਂਦੀ ਗੀ, ਉਹ ਖੁਰਾਕੀ ਤੇਲ ਜਿਹੜਾ ਯੂਕਰੇਨ ਤੋਂ ਆਉਂਦਾ ਉਹ ਸਾਡੇ ਕਿਸਾਨਾਂ ਤੋਂ ਜੇ ਖਰੀਦਿਆ ਜਾਵੇ, ਜਿਹੜਾ ਲੱਖਾਂ ਕਰੋੜਾਂ ਡਾਲਰ ਬਾਹਰ ਦਿੱਤਾ ਜਾਂਦਾ ਉਹ ਸਾਡੇ ਕਿਸਾਨ ਕੋਲ ਆਊਗਾ, ਕਿਸਾਨ ਉਹਦੀ ਖਰੀਦਦਾਰੀ ਕਰੂ, ਮਾਰਕੀਟ 'ਚ ਆਊਗਾ, ਸਾਡੀ ਸਮੁੱਚੀ ਇਕੋਨਮੀ ਨੂੰ ਜਿਹੜਾ ਹੈਗਾ ਹੁਲਾਰਾ ਮਿਲੂਗਾ। ਜੇ ਲੱਖਾਂ ਕਰੋੜਾਂ ਡਾਲਰਾਂ ਦੀ ਦਾਲ ਕੈਨੇਡਾ ਤੋਂ ਖਰੀਦੀ ਜਾ ਸਕਦੀ ਆ, ਸਾਡੀ ਮੂੰਗੀ, ਸਾਡੇ ਮਾਂ, ਸਾਡੇ ਛੋਲੇ, ਇਹਨਾਂ ਦਾ MSP ਸਾਨੂੰ ਕਿਉਂ ਨਹੀਂ ਜਿਹੜਾ ਦਿੱਤਾ ਜਾਂਦਾ ਹੈਗਾ? ਤੋ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ ਕਰਾਉਣਾ, ਬਾਹਰਲੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਜਿਹੜਾ ਸਮਾਨ ਖਰੀਦਣਾ, ਸਾਡੇ ਕਿਸਾਨਾਂ ਤੋਂ ਨਹੀਂ ਖਰੀਦਣਾ ਗਾ। ਤੋ ਇਹਦੇ ਖਿਲਾਫ ਮੁਲਕ ਪੱਧਰੀ ਮੂਵਮੈਂਟ ਦੀ ਜਿਹੜੀ ਜ਼ਰੂਰਤ ਆ, ਇਸੇ ਕਰਕੇ ਅਸੀਂ 3 ਦਿਨਾਂ ਇਸ ਮੋਰਚੇ ਪੂਰੇ ਮੁਲਕ ਦੀਆਂ ਰਾਜਧਾਨੀਆਂ ਦੇ ਵਿੱਚ ਜਿਹੜੇ ਹੈਗੇ ਆ ਉਹ ਲਾ ਰਹੇ ਹਾਂ। ਸਿੰਘ ਭਾਜੀ, MSP ਦੀ ਗੱਲ ਕੀਤੀ, ਬੀਤੇ ਦਿਨੀ CM ਸਾਹਿਬ ਕਹਿੰਦੇ, ਮੈਂ ਤੇ ਕੇਂਦਰ ਨੂੰ ਕਹਿ ਕੇ ਆਇਆ, ਜਿਸ ਤਰ੍ਹਾਂ ਕਣਕ ਤੇ ਝੋਨੇ ਤੇ MSP ਆ, CM ਸਾਹਿਬ ਕਹਿੰਦੇ ਮੈਂ ਕੇਂਦਰ ਨੂੰ ਕਹਿਤਾ ਕਣਕ ਤੇ ਝੋਨੇ ਦੀ ਤਰ੍ਹਾਂ ਦੂਜੀਆਂ ਫਸਲਾਂ ਤੇ ਵੀ MSP ਦੇ ਦਿਓ। ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਕਿ ਜਿਹੜੀ ਖੇਤੀ ਆ ਉਹ ਸਟੇਟ ਸਬਜੈਕਟ ਹੈ, ਰਾਜਾਂ ਦਾ ਅਧਿਕਾਰ ਆ। ਪਿਛਲੇ ਸਾਲ ਖੇਤੀਬਾੜੀ ਯੂਨੀਵਰਸਿਟੀ 'ਚ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਸੀ ਕਿ ਬਾਸਮਤੀ ਖਰੀਦਾਂਗੇ, ਨਾਲੇ ਕਹਿੰਦੇ ਮੈਂ ਕਿਸਾਨ ਦਾ ਪੁੱਤ ਹਾਂ, ਜਿੱਦਣ ਕਿਹਾ ਸੀ ਬਾਸਮਤੀ ਖਰੀਦਾਂਗੇ ਤੇ ਉਦੋਂ ਬਾਅਦ ਨਹੀਂ ਖਰੀਦੀ, ਇਹ ਦੱਸਣ ਵੀ ਪਹਿਲਾਂ ਕਹਿੰਦੇ ਪੁੱਤ ਸੀ ਤੇ ਬਾਅਦ 'ਚ ਕਹਿੰਦੇ ਪੁੱਤ ਬਣ ਗਏ ਤੁਸੀਂ, ਉਹ ਬਾਸਮਤੀ ਦੀ ਜਿਹੜੀ ਖਰੀਦ ਕਰਨੀ ਸੀ ਉਹ ਕਿੱਧਰ ਗਈ? ਤੁਸੀਂ ਕਿਹਾ ਮੂੰਗੀ ਖਰੀਦਾਂਗੇ MSP ਤੇ, ਮੂੰਗੀ ਲੋਕਾਂ ਨੇ ਬੀਜੀ, 1 ਲੱਖ ਏਕੜ ਤੱਕ ਮੂੰਗੀ ਦਾ ਕਾਸ਼ਤ ਹੋਈ, 96% ਪ੍ਰਾਈਵੇਟ ਪਲੇਅਰਾਂ ਨੇ ਖਰੀਦੀ, ਤੇ ਉਦੋਂ ਅਗਲੇ ਸਾਲ ਕੀ ਹੋਇਆ, ਇਹਨਾਂ ਦੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੇ ਪਿੰਡਾਂ 'ਚ ਜਾ ਕੇ ਕਿਸਾਨਾਂ 'ਚ ਮਾਲ ਵਿੱਚ ਡਰਾਇਆ ਕਿ ਇਹਨੂੰ ਸੁੰਡੀ ਪੈ ਜਾਂਦੀ, ਹੁੰਦੀ ਨੀਗੀ ਮੂੰਗੀ ਵਿੱਚ, ਕਿੱਧਰ ਗਈ ਮੂੰਗੀ ਤੇ ਕਿੱਧਰ ਗਈ ਮੱਕੀ ਦਾ MSP ਹਨਾ, ਤੇ ਪਰਾਲੀ ਤੇ ਕਿੱਧਰ ਗਿਆ ਗ੍ਰੀਨ ਟ੍ਰਿਬਿਊਨਲ? ਪਹਿਲੀਆਂ ਸਰਕਾਰਾਂ ਤੇ ਤੰਜ ਕੱਸਦੇ ਸੀ ਭਗਵੰਤ ਮਾਨ ਕਿ ਗ੍ਰੀਨ ਟ੍ਰਿਬਿਊਨਲ ਕਹਿੰਦਾ ਕਿ ਛੋਟੇ ਕਿਸਾਨਾਂ ਨੂੰ ਸਹਾਇਤਾ ਦਿਓ, ਮਸ਼ੀਨਰੀ ਦਿਓ, ਪਰਾਲੀ ਚੱਕੋ, ਕਿਸਾਨ ਦੋਸ਼ੀ ਨਹੀਂ। ਹੁਣ ਜਿਹੜਾ ਹੈਗਾ 30,000 ਦੇ ਨੇੜੇ ਪਰਚਾ ਠੋਕਤਾ ਪੰਜਾਬ ਦੇ ਕਿਸਾਨਾਂ ਦੇ, ਇਹ ਕਹਿੰਦਾ ਮੈਂ ਕਿਸਾਨ ਦਾ ਪੁੱਤ ਹਾਂ। ਮਾਨ ਸਾਹਿਬ ਇਹ ਦੱਸਣ ਕਿ ਖੇਤੀਬਾੜੀ ਯੂਨੀਵਰਸਿਟੀ, ਖੇਤੀਬਾੜੀ ਮਾਹਰ ਇਹ ਕਹਿੰਦੇ ਆ ਕਿ 15 ਨਵੰਬਰ ਤੱਕ ਕਣਕ ਦੀ ਬਿਜਾਈ ਨਿਬੜਨੀ ਚਾਹੀਦੀ ਆ। ਜੇ 15 ਨਵੰਬਰ ਤੱਕ ਕਣਕ ਦੀ ਬਿਜਾਈ ਉਦੋਂ ਲੇਟ ਹੁੰਦੀ ਆ ਤਾਂ ਕਣਕ ਦਾ ਝਾੜ ਕੱਟੂਗਾ, ਤੇ ਜਿੰਦਾ 25 ਨਵੰਬਰ ਤੱਕ ਝੋਨਾ ਖੜਾ ਉਹ ਕੀ ਕਰੇ ਫਿਰ? ਉਹ ਪਰਾਲੀ ਦਾ ਕੀ ਕਰੇ? ਉਹਦੀ ਤਾਂ 10 ਦਿਨ ਪਹਿਲੇ ਹੀ ਬਿਜਾਈ ਪਛੜ ਗਈ। ਤੁਸੀਂ ਝੋਨਾ ਕਹਿੰਦੇ 10 ਦਿਨ ਲੇਟ ਕਰੋ, ਮਹੀਨਾ ਲੇਟ ਕਰੋ, 1.5 ਮਹੀਨਾ ਲੇਟ ਕਰੋ, ਕਰ ਲਿਆ ਕਿਸਾਨਾਂ ਨੇ। ਜਾਂ ਤਾਂ ਤੁਸੀਂ ਇਹ ਕਹੋ ਕਿ ਅਸੀਂ ਕਣਕ ਦੀਆਂ ਉਹ ਕਿਸਮਾਂ ਲੈ ਕੇ ਆਵਾਂਗੇ ਜਿਹੜੀ ਦਸੰਬਰ ਦੇ ਪਹਿਲੇ ਹਫ਼ਤੇ ਵੀ ਬੀਜੀ ਜਾਵੇ ਤੇ ਅਪ੍ਰੈਲ ਦੇ ਅਖੀਰ ਤੱਕ ਜਦੋਂ ਪੂਰੀ ਗਰਮੀ ਪੈਂਦੀ ਆ ਉਦੋਂ ਵੀ ਤਾਂ ਝਾੜ ਨਹੀਂ ਘਟੂਗਾ। ਸਾਰੀਆਂ ਗੱਲਾਂ ਵਾਸਤੇ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਈ ਜਾਂਦੇ ਹੋ। ਜਿਹੜਾ 3-2.5 ਕਿੱਲੇ ਵਾਲਾ ਕਿਸਾਨ ਆ ਉਹਦੀ 10 ਦਿਨ ਲੇਟ ਹੋ ਗਈ ਆ ਕਣਕ ਦੀ ਬਿਜਾਈ, 25 ਨੂੰ ਉਹਨੇ ਜੇ ਬਾਸਮਤੀ ਵੱਢੀ ਆ, ਪਰਾਲੀ ਦੀਆਂ ਗੱਠਾਂ ਬਣਾ ਦੀਆਂ, ਕੋਈ ਚੱਕਰ ਨਹੀਂ ਆਉਂਦਾ, ਉਹ ਕੀ ਕਰੇ? ਉਹਦਾ ਵੱਤਰ ਖੁਸ਼ਕ ਹੁੰਦਾ, ਜੇ ਵੱਤਰ ਜੇ ਪਾਣੀ ਲਾਊਗਾ ਆ ਸਰਦੀ ਪੈਣੀ ਸ਼ੁਰੂ ਆ, 10 ਦਿਨਾਂ 'ਚ ਵੱਤਰ ਆਉਂਦਾ, ਇਹਦਾ ਮਤਲਬ ਕਿਸਾਨ ਆਪਣਾ ਸੀਜ਼ਨ ਮਾਰ ਲਏ। ਹਰ ਇਸ ਬ੍ਰਹਿ ਇੱਥੇ ਜੋ ਮੁਸ਼ਕਲ ਆ ਉਹਦੇ ਵਾਸਤੇ ਕਿਸਾਨ ਨੂੰ ਜਿਹੜਾ ਜ਼ਿੰਮੇਵਾਰ ਹੈਗਾ ਉਹ ਠਹਿਰਾਇਆ ਜਾਂਦਾ ਹੈਗਾ ਪ੍ਰਦੂਸ਼ਣ ਵਾਸਤੇ। ਜਦੋਂ ਮਾਨ ਸਾਹਿਬ ਬੋਲਦੇ ਸੀ ਕਿ ਲੁਧਿਆਣੇ ਦੀ ਇੰਡਸਟਰੀ ਪਹਿਲਾਂ ਮਾਲਵੇ ਦਾ ਪਾਣੀ ਜ਼ਹਿਰੀਲਾ ਕੀਤਾ, ਫਿਰ ਮਾਲਵੇ ਨੂੰ RO ਵੇਚੋ ਕਰੋੜਾਂ ਰੁਪਏ ਪੈ ਦੇ, ਪਹਿਲਾਂ ਮਾਲਵੇ ਨੂੰ ਕੈਂਸਰ ਕੀਤਾ, ਫਿਰ ਉਹਨੇ ਆਪਣੇ ਕੈਂਸਰ ਹਸਪਤਾਲ ਖੋਲ੍ਹੇ। ਉਹ ਕਾਰਪੋਰੇਟ ਘਰਾਣਿਆਂ ਵੱਲ, ਉਹ ਫੈਕਟਰੀਆਂ ਵੱਲ ਤਾਂ ਕਦੇ ਨਹੀਂ ਹੁੰਦੇ ਗੇ। ਜਦੋਂ ਪੰਜਾਬ ਦੇ ਲੋਕ ਹੋਏ ਜੀਰੇ, ਕਿਵੇਂ ਉਹਨਾਂ ਦਾ ਡਾਂਗਾ ਫੇਰੀਆਂ ਗਈਆਂ, ਕਿਵੇਂ 150 ਕਿਸਾਨਾਂ ਦੀ ਜ਼ਮੀਨ ਜਿਹੜੀ ਕੁਰਕ ਕੀਤੀ ਗਈ, 1 ਪਿੰਡ ਦੇ 48 ਕਿਸਾਨਾਂ ਦੀ ਜ਼ਮੀਨ ਕੁਰਕ ਕੀਤੀ ਗਈ, ਇਹ ਰਿਕਾਰਡ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਬਣਾਇਆ ਹੈਗਾ। ਜਿਹੜੇ ਪਰਚੇ ਤੁਸੀਂ ਕਿਹਾ ਕਿ ਪਰਾਲੀ ਦੇ ਕਿਸਾਨਾਂ ਤੇ ਪਰਚੇ ਪਏ ਆ, ਕੋਈ ਕਿਸਾਨਾਂ ਦੇ ਕੀ ਫਰਕ ਪੈਂਦਾ, ਕੋਈ ਅਸਰ ਹੁੰਦਾ ਕਿਸਾਨਾਂ ਦੇ ਇਹਨਾਂ ਦਾ? ਨਹੀਂ, ਪਰਚੇ ਦਾ ਤਾਂ ਅਸਰ ਹੁੰਦਾ ਹੀ ਆ। ਤੁਹਾਡੇ ਸਾਹਮਣੇ ਇੱਕ 6 ਕਨਾਲ ਵਾਲਾ ਕਿਸਾਨ ਨੇ ਪਰਾਲੀ ਨੂੰ ਅਗਲੇ ਪੁਲਿਸ ਦੇ ਡਰੋਂ ਖੁਦਕੁਸ਼ੀ ਕਰ ਗਿਆ ਉਹ। ਪਰਚਿਆਂ 'ਚ ਕਿਉਂ ਨਹੀਂ ਅਸਰ ਹੁੰਦਾ? ਵੈਸੇ ਜਿਸ ਤਰ੍ਹਾਂ ਗ੍ਰਾਹਕ ਸਾਹਿਬ ਕਹਿ ਰਹੇ ਸੀ, ਕਹਿੰਦੇ ਪਰਚਿਆਂ ਪੁਰਚਿਆਂ ਦਾ ਕੀ ਆ, ਪਹਿਲਾਂ ਵੀ ਬਥੇਰੇ ਚੱਲੀ ਜਾਂਦੇ ਨੇ ਸਾਡੇ ਤੇ, ਸਾਨੂੰ ਆਉਣ ਫੜ ਕੇ ਦਿਖਾਉਣ, ਸਾਡਾ ਕੁਝ ਕਰਕੇ ਦਿਖਾਉਣ। ਚਲੋ ਉਹ ਤਾਂ ਠੀਕ ਆ ਵੀ ਪਰਚੇ ਤਾਂ, ਪਰ ਇਹ ਅਸੀਂ ਇਹ ਥੋੜਾ ਕਵਾਂਗੇ ਵੀ ਸਾਡੇ ਤੇ ਪਰਚੇ ਕਰੀ ਜਾਓ। ਜੇ ਕੋਈ ਪੁਲਿਸ ਪਰਚਾ ਕਰਦੀ ਆ, ਸਰਕਾਰ ਪਰਚਾ ਕਰਦੀ ਆ, ਪਰਚੇ ਤਾਂ ਹੁਣ ਜਿੰਨੇ ਅਸੀਂ ਕਿਸਾਨ ਆਗੂ ਆ, ਕਿਸੇ ਤੇ 18 ਨੇ, ਕਿਸੇ ਤੇ 20 ਆ, ਕਿਸੇ ਤੇ 25 ਆ, ਪਰ ਅਸੀਂ ਲੜਨਾ ਥੋੜਾ ਛੱਡ ਜਾਂਗੇ। ਗੱਲ ਹੈ ਕਿ ਪਰਚਿਆਂ ਕਰਕੇ ਅਸੀਂ ਪਿੱਛੇ ਨਹੀਂ ਹਟਦੇਗੇ, ਪਰ ਪਰਚਿਆਂ ਕਰਕੇ ਜਿਹੜਾ 25-30 ਹਜ਼ਾਰ ਕਿਸਾਨ ਤੇ ਜਿਹੜਾ ਪਰਚਾ ਇਹਨਾਂ ਨੇ ਠੋਕਿਆ ਹੈਗਾ, ਉਹਦੀ ਹਰਾਸਮੈਂਟ ਜਿਹੜੀ ਹੋਣੀ ਆ, ਉਹਦੇ ਲੈਂਡ ਰਿਕਾਰਡ ਦੇ ਜਿਹੜੀਆਂ ਰੈੱਡ ਐਂਟਰੀਆਂ ਪਾਉਂਦੇ ਹੈਗੇ ਨੇ, ਉਹਨੂੰ ਮੁਸ਼ਕਲ ਤਾਂ ਉਹਦੀ ਆਉਂਦੀ ਹੈਗੀ ਹੈ ਨਾ। ਔਰ ਉਹ ਸਾਰੇ ਦਾ ਕਾਰਨ ਸਰਕਾਰ ਪਤਾ ਕੀ ਕਿਹੋ ਜਿਹੀਆਂ ਹਲਕੀਆਂ ਦਲੀਲਾਂ ਦਿੰਦੀ ਆ ਸਮਾਜ ਦੇ ਦੂਜੇ ਤਬਕਿਆਂ ਨੂੰ ਜਿਹੜਾ ਹੈਗਾ ਜਚਾਉਣ ਵਾਸਤੇ, ਕਿਉਂਕਿ ਕਿਸਾਨ ਅੰਦੋਲਨ ਕਰਕੇ ਕਿਸਾਨਾਂ ਦੇ ਨਾਲ ਹਮਦਰਦੀ ਬਣੀ ਆ। ਇਹ ਜੀ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ, ਬਿਜਲੀ ਫ੍ਰੀ ਆ, ਉਂਝ ਹੀ ਪਾਣੀ ਛੱਡੀ ਛੱਡਦੇ ਆ। ਮੈਂ ਤੁਹਾਡੇ ਚੈਨਲ ਰਾਹੀਂ ਭਗਵੰਤ ਮਾਨ ਸਾਹਿਬ ਨੂੰ ਸਵਾਲ ਕਰਦਾ ਕਿ ਪੰਜਾਬ ਦੇ ਵਿੱਚ 32 ਲੱਖ ਕਿੱਲੇ ਤੇ ਦਾਲ ਦੀ ਖੇਤੀ ਹੁੰਦੀ ਸੀ, 1 ਲੱਖ ਕਿੱਲਾ ਵੀ ਨਹੀਂ ਰਹਿ ਗਈ।
ਤੁਸੀਂ ਦਾਲਾਂ ਦੀ MSP ਦਿਓ 94% ਪੰਜਾਬ ਆਪਣੀ ਦਾਲ ਬਾਹਰੋਂ ਲੈਂਦਾ ਸਾਰੀ ਦਾਲ ਤੇ MSP ਦਿਓ ਜੇ ਉਹ 32 ਲੱਖ ਕਿੱਲੇ 'ਚ ਦਾਲ ਬੀਜੀ ਜਾਊਗੀ ਜਿਹੜੀ ਦਾਲ ਨੂੰ ਇੱਕ ਪਾਣੀ ਦੀ ਜ਼ਰੂਰਤ ਆ ਕਿਸਾਨ ਕਮਲਾ ਵੀ ਦਿਨ ਰਾਤ ਤੁਸੀਂ ਮੋਟਰਾਂ ਛੱਡੀ ਰੱਖੂਗਾ ਸਾਨੂੰ ਫਸਲ ਤੁਸੀਂ ਉਹ ਦਿੱਤੀ ਆ ਜਿਹੜੀ 4 ਮਹੀਨੇ ਲਗਾਤਾਰ ਪਾਣੀ ਭਾਲਦੀ ਆ ਉਹਦੇ 'ਚ ਸਾਡਾ ਕੀ ਕਸੂਰ ਆ ਪੰਜਾਬ 'ਚ 28 ਕਿਸਮ ਦਾ ਫਰੂਟ ਹੁੰਦਾ 3 ਕਿਸਮ ਦਾ ਫਰੂਟ ਆ ਤੇ ਸਿਰਫ 2.2% ਜ਼ਮੀਨ ਆ ਖੇਤੀ ਦੀ ਜਿੰਨੀ ਕੋਲੀ ਖੇਤੀ ਜ਼ਮੀਨ ਆ ਸਿਰਫ ਬਾਗਬਾਨੀ 2.2% ਜ਼ਮੀਨ ਤੇ ਆ ਪਹਿਲੇ ਨੰਬਰ ਤੇ 50% ਤੇ ਕਿੰਨੂ ਆ ਫਿਰ ਅਮਰੂਦ ਆ ਫਿਰ ਇੱਕ ਛੋਟਾ ਜਿਹਾ ਸਾ ਨਾਸਪਾਤੀ ਦਾ ਹੈਗਾ ਜਿਹੜਾ ਹੈਗਾ ਉਹ ਮਾਝੇ ਦੇ ਵਿੱਚ ਤਰਨ ਤਾਰਨ ਅੰਮ੍ਰਿਤਸਰ ਦੇ ਵਿੱਚ ਇੱਥੇ ਜੇ 28 ਕਿਸਮ ਦਾ ਫਰੂਟ ਹੋ ਸਕਦਾ ਲਵਾਉਣ ਬਾਗਬਾਨੀ ਦੇਣ ਕਿਸਾਨਾਂ ਨੂੰ ਫੈਸਿਲਿਟੀ ਬਾਗ ਨੂੰ ਤਾਂ ਦਿਨ ਰਾਤ ਮੋਟਰ ਛੱਡਣ ਦੀ ਲੋੜ ਨਹੀਂ ਗੀ ਹੁਣ ਤਾਂ 5-6 ਪਾਣੀ ਸਾਰੇ ਸਾਲ ਚਾਹੀਦੇ ਆ ਉੱਥੋਂ ਤਾਂ ਇੱਕ ਬੂੰਦ ਵੀ ਧਰਤੀ ਹੇਠੋਂ ਨਿਕਲੂਗਾ ਬਾਰਿਸ਼ ਨਾਲ ਸਰਜੂਗਾ ਜਾਂ ਨਹਿਰੀ ਪਾਣੀ ਨਾਲ ਸਰਜੂਗਾ ਸਾਨੂੰ ਖੇਤੀ ਮਾਡਲ ਉਹ ਦੇਵੇ ਨਾ ਭਗਵੰਤ ਮਾਨ ਸਰਕਾਰ ਜਿਹਦੇ ਨਾਲ ਪਾਣੀ ਦੀ ਖਪਤ ਨਾ ਹੋਵੇ ਨਾ ਮੋਟਰਾਂ ਚੱਲਣ ਨਾ ਉੱਥੇ ਬਿਜਲੀ ਜਿਹੜੀ ਹੈਗੀ ਆ ਮੱਛੇ ਉਹਦੇ ਫਸਲ ਸਾਨੂੰ ਉਹ ਦੇਤੀ ਜਿਹੜੀ ਪਾਣੀ ਨਾਲ ਹੋਣੀ ਆ ਫਿਰ ਸਾਨੂੰ ਜਿਹੜਾ ਦੋਸ਼ੀ ਠਹਿਰਾਇਆ ਜਾ ਰਿਹਾ ਹੈਗਾ ਇਹ ਜਿਹੜੀ ਹੈਗੀ ਆ ਜਿਹੜੀ ਇਹ ਚਤਰਾਈ ਕੀਤੀ ਜਾ ਰਹੀ ਆ ਜਿਹੜੀ ਇਹ ਚਤਰਾਈਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਸਾਨਾਂ ਦੇ ਨਾਲ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਉਹਨਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇਹਦਾ ਖਮਿਆਜਾ ਭਗਵੰਤ ਮਾਨ ਨੂੰ ਤੇ ਕੇਂਦਰ ਸਰਕਾਰ ਨੂੰ ਜਿਹੜਾ ਭੁਗਤਣਾ ਪਊਗਾ ਕੇਂਦਰ ਸਰਕਾਰ ਨੂੰ ਤਾਂ ਪਹਿਲਾਂ ਵੀ ਭੁਗਤਣਾ ਪਿਆ ਜਿਹੜੇ ਧਰਨੇ ਤੇ ਆਉਣਾ ਤਾਂ ਸੀਐਮ ਸਾਹਿਬ ਪਿਛਲੇ ਦਿਨ ਹੀ ਬਿਆਨ ਦੇ ਕੇ ਹਟਿਆ ਕਹਿੰਦੇ ਸੜਕਾਂ ਤੇ ਹੱਲ ਨਹੀਂ ਕੋਈ ਨਿਕਲਦਾ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਗੱਲ ਕਰਨੀ ਆ ਤਾਂ ਮੇਰੇ ਕੋਲ ਆਓ ਪੰਜਾਬ ਭਵਨ ਇਹ ਮਿਲਦੇ ਕਦੋਂ ਇੱਥੇ ਅਸੀਂ ਪਿਛਲੇ ਸਾਲ ਤੁਸੀਂ ਕਵਰ ਕੀਤਾ ਸੀ ਨਾ ਅੰਦੋਲਨ ਪੰਜਾਬ ਦੇ ਪਾਣੀਆਂ ਤੇ ਕਿਰਤੀ ਕਿਸਾਨੀ ਨੂੰ ਮੁਜ਼ਾਰਾ ਕਰਕੇ ਗਏ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਨਹੀਂ ਮਿਲੇ ਕਿਉਂ ਨਹੀਂ ਮਿਲੇ ਬਈ ਕਿਉਂਕਿ ਪੰਜਾਬ ਦਾ ਪਾਣੀ ਗੰਗਾਨਗਰ ਜਾ ਕੇ ਨਾ ਤੁਹਾਨੂੰ ਵਾਧੂ ਪਾਣੀ ਦਿੰਦੇ ਹਾਂ ਡੈਮ ਸੇਫਟੀ ਐਕਟ ਆਇਆ ਕਿ ਜਿੰਨੇ ਡੈਮ ਸਟੇਟ ਸਬਜੈਕਟ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਮੈਂਬਰਸ਼ਿਪ ਕੱਢ ਦਿੱਤੀ ਗਈ ਇੱਕ ਮੀਟਿੰਗ ਸਾਡੇ ਨਾਲ ਕੀਤੀ ਉਹ ਵੀ ਸੰਯੁਕਤ ਕਿਸਾਨ ਮੋਰਚੇ ਨਾਲ ਕਹਿੰਦੇ ਮੈਨੂੰ ਤਾਂ ਡੈਮ ਸੇਫਟੀ ਐਕਟ ਦਾ ਪਤਾ ਹੀ ਨਹੀਂਗਾ ਠੀਕ ਆ ਪੜ੍ਹ ਲਓ 2 ਸਾਲ ਹੋ ਗਏ ਅਸੈਂਬਲੀ 'ਚ ਕੋਈ ਮਤਾ ਹੀ ਪਾ ਦਿਓ ਪੰਜਾਬ ਦੇ ਪਾਣੀਆਂ ਦੀ ਰਿਐਲਿਟੀ ਵੀ ਮੰਗ ਲਓ ਦੂਜੇ ਸੂਬੇ ਤੋਂ ਤਾਂ ਮਤਾ ਪਿਆ ਹੋਇਆ ਹੈਗਾ ਇਸ ਕਰਕੇ ਜਿਹੜੀ ਹੈ ਵੀ ਮੇਰੇ ਨਾਲ ਗੱਲ ਕਰੋ ਤੁਹਾਡੇ ਨਾਲ ਕਦੋਂ ਗੱਲ ਕਰੋ ਤੁਸੀਂ ਲੋਕ ਅੰਦੋਲਨ ਕਰਦੇ ਆ ਮੀਟਿੰਗ ਦਾ ਸਮਾਂ ਦਿੰਦੇ ਹੋ ਬਾਅਦ ਦੇ ਵਿੱਚ ਮਿਲਦੇ ਨਹੀਂ ਹੈਗੇ ਗੇ ਠੀਕ ਆ ਆਹ ਧਰਨਾ ਲੱਗਾ ਇਹਨੂੰ ਕਿੰਨਾ ਸਮਾਂ ਅਨਾਊਂਸ ਹੋਏ ਨੂੰ 2-2.5 ਮਹੀਨੇ ਹੋ ਗਏ ਅਨਾਊਂਸ ਹੋਏ ਨੂੰ ਤੁਸੀਂ ਇਹ ਕਹਿੰਦੇ ਯਾਰ ਵੀ ਜਿਹੜੀਆਂ ਮੰਗਾਂ ਨੇ ਤੁਸੀਂ ਧਰਨੇ ਤੇ ਕਦੋਂ ਬਹਿੰਦੇ ਹੋ ਤੁਸੀਂ 24 ਤਰੀਕ ਨਾਲ ਸਾਡੇ ਨਾਲ ਮੀਟਿੰਗ ਕਰੋ 25 ਨੂੰ ਕਰੋ ਮੀਟਿੰਗ ਵੀ ਦੱਸੋ ਯਾਰ ਜਿਹੜੀਆਂ ਮੇਰੇ ਨਾਲ ਮੇਰੇ ਹੱਥ ਵਾਸ ਆ ਮੈਂ ਕਰਦਾ ਕਹਿਣ ਵੀ ਕਰਜ਼ਾ ਪੰਜਾਬ ਦੇ ਕਿਸਾਨਾਂ ਦਾ ਕਰਦਾ ਮਾਫ ਮੈਂ ਜਿਹੜੀਆਂ ਫਸਲਾਂ ਤੇ ਮੈਂ MSP ਮੈਂ ਕਰਦਾ ਮਾਫ ਸਮਾਰਟ ਮੀਟਰ ਮੈਂ ਲਾਉਣੋਂ ਬੰਦ ਕਰਦਾ ਕਿਸਾਨਾਂ ਤੇ ਜਿਹੜੇ 18-20 ਹਜ਼ਾਰ ਤੇ ਚੈੱਕ ਬਾਊਂਸ ਦੇ ਕੇਸ ਚੱਲਦੇ ਅਦਾਲਤਾਂ 'ਚ ਜਾਂ ਬੈਂਕਾਂ ਵਾਲੇ ਖਾਲੀ ਚੈੱਕ ਲੈ ਰਹੇ ਇਹ ਮੇਰੇ ਵਾਸਤਾ ਮੈਂ ਕਰਦਾ ਕਰਨ ਤਾਂ ਸਹੀ ਨਾ ਕਿਸਾਨਾਂ ਦੇ ਇਹ ਕਹਿੰਦੇ ਨਾ ਧਰਨੇ ਲਈ ਬੰਦਾ ਨਹੀਂ ਲੱਭਣਾਗਾ ਦੋ ਕੰਮ ਕਰ ਦੇਣ ਸਾਰੀਆਂ ਫਸਲਾਂ ਤੇ MSP ਦੇ ਦੇਣ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰ ਦੇਣ ਨਹੀਂ ਲੱਭੂਗਾ ਧਰਨੇ ਤੇ ਬੰਦਾ ਲਾਉਣ ਲਈ ਕਿਉਂ ਕਿਉਂ ਲੋਕ ਧਰਨੇ ਲਾਉਣਗੇ ਠੀਕ ਇਸ ਕਰਕੇ ਜਿਹੜੀ ਇਹ ਲੋਕ ਆ ਉਹ ਮਜਬੂਰੀ ਦੇ ਵਿੱਚ ਆਉਂਦੇ ਆ ਇਹਦਾ ਮਤਲਬ ਜੇ ਤੁਸੀਂ ਧਰਨਿਆਂ ਨੂੰ ਇਹ ਸਮਝਦੇ ਹੋ ਕਿ ਇਹਦਾ ਕਾਰਨ ਮਸਲਾ ਹੱਲ ਕਰਾਉਣਾ ਨਹੀਂ ਹੁੰਦਾ ਇਹ ਤੁਸੀਂ ਖੁਦ ਤੇ ਲਾ ਕੇ ਵੇਖਦੇ ਹੋ ਮਾਨ ਸਾਹਿਬ ਕਿਉਂਕਿ ਤੁਸੀਂ ਧਰਨਿਆਂ 'ਚ ਜਾਂਦੇ ਰਹੇ ਆ ਆਪਦੀ ਸਿਆਸਤ ਚਮਕਾਉਣ ਵਾਸਤੇ ਆਪਦਾ ਤੋਰੀ ਫੁਲਕਾ ਚਲਾਉਣ ਵਾਸਤੇ ਉਹ ਤੁਹਾਡਾ ਚੱਲ ਗਿਆ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇਸ ਕਰਕੇ ਤੁਸੀਂ ਸੱਤਾ 'ਚ ਬਹਿ ਗਏ ਇਸ ਕਰਕੇ ਲੋਕਾਂ ਨੂੰ ਹੁਣ ਰੱਦ ਕਰ ਰਹੇ ਹੋ ਪਰ ਇਸ ਤਰ੍ਹਾਂ ਦਾ ਗੈਰ ਜਮਹੂਰੀ ਰਵੱਈਆ ਲੋਕਾਂ ਪ੍ਰਤੀ ਇਹਦੇ ਨਤੀਜੇ ਠੀਕ ਨਹੀਂ ਨਿਕਲਣਗੇ ਸ਼ੁਕਰੀਆ ਬਾਈ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਸਨ ਅਰਜਿੰਦਰ ਸਿੰਘ ਦੀਬਾਲਾ ਕਿਰਤੀ ਕਿਸਾਨ ਯੂਨੀਅਨ ਤੋਂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ